ਦੇਖੋ ਸੀਵਰੇਜ ਪਲਾਂਟ ਜਿਹੜਾ ਨਾਭੇ ਦੇ ਵਿੱਚ ਐਸਟੀਪੀ ਬਣ ਰਿਹਾ ਜੀ ਇਹ ਵੈਸੇ ਤਾਂ ਲਾਸਟ ਈਅਰ ਸੀਗਾ ਨਵੰਬਰ ਦੀ ਡੇਟ ਪਰ ਕਈ ਵਾਰੀ ਜਿਵੇਂ ਬਰਸਾਤਾਂ ਦੇ ਦਿਨ ਆ ਗਏ ਜਾਂ ਗਰਮੀ ਦੇ ਵਿੱਚ ਕਈ ਵਾਰੀ ਕੰਮ ਰੁਕਣਾ ਪੈਂਦਾ ਤਾਂ ਹੁਣ ਇਹਨਾਂ ਨੇ 31 ਅਕਤੂਬਰ 2023 ਤੱਕ ਦਾ ਫਾਈਨਲ ਟਾਈਮ ਦਿੱਤਾ ਵੀ ਉਦੋਂ ਤੱਕ ਅਸੀਂ ਇਹਨੂੰ ਕੰਪਲੀਟ ਕਰ ਦਿਆਂਗੇ ਤੇ ਕੰਪਲੀਟ ਹੋਣ ਤੋਂ ਬਾਅਦ ਜਿੰਨਾ ਨਾਭੇ ਦਾ ਪਾਣੀ ਹੈ ਜੀ ਸੀਵਰੇਜ ਦਾ ਪਾਣੀ ਨਾਟ ਬਰਸਾਤੀ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਹੁਣ ਅਗਲੀ ਗੱਲ ਇਹ ਹੈ ਕਿ ਉਹ ਸੀਵਰੇਜ ਦਾ ਪਾਣੀ ਲਿਆਉਣ ਵਾਸਤੇ ਸੀਵਰੇਜ ਚਾਹੀਦਾ ਜੀ ਇਹ ਬਹੁਤ ਵੱਡੀ ਯੋਜਨਾ ਹੈ ਜੀ ਜਿਹੜੀ ਐਸ ਟੀ ਪੀ ਦੀ ਪਰ ਇਹਦੇ ਨਾਲ ਨਾਭੇ ਦਾ ਜਿਹੜਾ ਕਈ ਸਾਲਾਂ ਦਾ ਕੋਡ ਚੱਲਿਆ ਆ ਰਿਹਾ ਜੀ ਉਹਤੋਂ ਮੁਕਤੀ ਮਿਲੇਗੀ ਔਰ ਨਾਭੇ ਦੇ ਜਿਹੜੇ ਨਾਲੇ ਰਹਿ ਜਾਣਗੇ ਜੀ ਨਾਲੇ ਸਿਰਫ ਬਰਸਾਤੀ ਨਾਲੇ ਰਹਿ ਜਾਣੇ ਜਦੋਂ ਬਰਸਾਤ ਆਊਗੀ ਤਾਂ ਉਦੋਂ ਹੀ ਪਾਣੀ ਜਾਊਗਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਨਾਲਿਆਂ ਦੇ ਵਿੱਚ ਨਹੀਂ ਜਾਊਗਾ ਉਹ ਸਾਰਾ ਪਾਣੀ ਜਿਹੜਾ ਇੱਥੇ ਆਜੂਗਾ ਪਰਮਾਤਮਾ ਕਿਰਪਾ ਕਰੇ ਐਂਡ ਆਫ ਦਿਸ ਈਅਰ ਨਾਭੇ ਨੂੰ ਬਹੁਤ ਵੱਡੀ ਰਾਹਤ ਜਿਹੜੀ ਮਿਲਦੀ ਇਹਦਾ ਟੋਟਲ ਬਜਟ ਜਿਹੜਾ ਜੀ ਤਕਰੀਬਨ 16 ਕਰੋੜ ਸਮਥਿੰਗ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਮੇਨਟੇਨੈਂਸ ਦਾ ਵੀ ਕੁਝ ਬਜਟ ਹੈਗਾ ਜਿਹਦਾ 2-2.5 ਕਰੋੜ ਰੁਪਇਆ ਵੱਖਰਾ ਔਰ ਆਲਮੋਸਟ 90% ਕੰਮ ਜਿਹੜਾ ਜੀ ਉਹ ਕੰਪਲੀਟ ਹੋ ਚੁੱਕਿਆ 10% ਕੰਮ ਜਿਹੜਾ ਆਉਣ ਵਾਲੇ 1-1.5 ਮਹੀਨੇ ਦੇ ਵਿੱਚ ਕੰਪਲੀਟ ਹੋ ਕੇ ਇਹ ਸਾਰਾ ਕੰਮ ਜਿਹੜਾ ਕੰਪਲੀਟ ਹੋ ਜਾਵੇਗਾ ਸੀਵਰੇਜ ਟ੍ਰੀਟਮੈਂਟ ਜਿਹੜਾ ਪਲਾਂਟ ਦਾ ਤੁਸੀਂ ਵਿਜ਼ਿਟ ਕੀਤਾ ਆ ਕਿੰਨੀ ਲਾਗਤ ਨਾਲ ਤੇ ਕਦੋਂ ਤੱਕ ਕੰਪਲੀਟ ਹੋਵੇਗਾ ਦੇਖੋ ਸੀਵਰੇਜ ਪਲਾਂਟ ਜਿਹੜਾ ਨਾਭੇ ਦੇ ਵਿੱਚ ਐਸ ਟੀ ਪੀ ਬਣ ਰਿਹਾ ਜੀ ਇਹ ਵੈਸੇ ਤਾਂ ਲਾਸਟ ਈਅਰ ਸੀਗਾ ਨਵੰਬਰ ਦੀ ਡੇਟ ਪਰ ਕਈ ਵਾਰੀ ਜਿਵੇਂ ਬਰਸਾਤਾਂ ਦੇ ਦਿਨ ਆ ਗਏ ਜਾਂ ਗਰਮੀ ਦੇ ਵਿੱਚ ਕਈ ਵਾਰੀ ਕੰਮ ਰੁਕਣਾ ਪੈਂਦਾ ਤਾਂ ਹੁਣ ਇਹਨਾਂ ਨੇ 31 ਅਕਤੂਬਰ 2023 ਤੱਕ ਦਾ ਫਾਈਨਲ ਟਾਈਮ ਦਿੱਤਾ ਵੀ ਉਦੋਂ ਤੱਕ ਅਸੀਂ ਇਹਨੂੰ ਕੰਪਲੀਟ ਕਰ ਦਿਆਂਗੇ ਤੇ ਕੰਪਲੀਟ ਹੋਣ ਤੋਂ ਬਾਅਦ ਜਿੰਨਾ ਨਾਭੇ ਦਾ ਪਾਣੀ ਹੈ ਜੀ ਸੀਵਰੇਜ ਦਾ ਪਾਣੀ ਨਾਟ ਬਰਸਾਤੀ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਹੁਣ ਅਗਲੀ ਗੱਲ ਇਹ ਹੈ ਕਿ ਉਹ ਸੀਵਰੇਜ ਦਾ ਪਾਣੀ ਲਿਆਉਣ ਵਾਸਤੇ ਸੀਵਰੇਜ ਚਾਹੀਦਾ ਜੀ 20-25% ਦਾ ਸੀਵਰੇਜ ਪਿਆ ਹੈ ਪਰ ਬਾਕੀ ਸੀਵਰੇਜ ਨਹੀਂ ਪਿਆ ਉਹਦਾ ਅੱਗੇ ਅਸੀਂ ਮੈਂ ਡਿਊ ਲੈਟਰ ਲਾ ਕੇ ਭੇਜ ਰਿਹਾ ਮਿਨਿਸਟਰ ਸਾਹਿਬ ਨਾਲ ਕੱਲ੍ਹ ਮੈਂ ਮੁਲਾਕਾਤ ਕਰਕੇ ਆਇਆ ਆਪਣੇ ਮੰਤਰੀ ਸਾਹਿਬ ਬਲਕਾਰ ਸਿੰਘ ਜੀ ਨਾਲ ਸਥਾਨਕ ਸਰਕਾਰਾਂ ਉਹ ਫਿਰ ਜਿਹੜਾ ਪਾਣੀ ਜਿਹੜਾ ਸਾਰਾ ਜੀ ਠੀਕ ਹੈ ਜੀ ਜਿੰਨਾ ਇਸ ਵਕਤ ਕੰਮ ਕਰ ਰਿਹਾ ਸੀਵਰੇਜ ਉਹ ਜਿਹੜਾ ਬਾਕੀ ਕੰਮ ਕਰ ਰਿਹਾ ਸਾਰਾ ਪਾਣੀ ਇੱਥੇ ਆਏਗਾ ਇੱਥੇ ਆ ਕੇ ਫਿਰ ਅਲੱਗ ਅਲੱਗ ਪ੍ਰੋਸੈਸਾਂ ਦਾ ਕੰਪਲੀਟ ਹੋ ਕੇ ਫਿਰ ਇਹ ਪਾਣੀ ਜਿਹੜਾ ਦੁਲੱਦੀ ਜਿਹੜਾ ਜੀ ਡਰੇਨ ਹੈ ਉਹਦੇ ਵਿੱਚ ਪ੍ਰਪੋਜ਼ਲ ਸੀ ਪਾਉਣ ਦੀ ਪਰ ਦਲੱਦੀ ਦੀ ਪੰਚਾਇਤ ਨੇ ਥੋੜ੍ਹਾ ਇਸ਼ੂ ਕ੍ਰੀਏਟ ਕੀਤਾ ਕਿ ਜੀ ਸਾਡੇ ਅੱਗੇ ਪਾਣੀ ਬਹੁਤ ਇਹਦੇ ਨਾਲ ਬਿਮਾਰੀਆਂ ਹੋਰ ਫੈਲਣਗੀਆਂ ਤਾਂ ਫਿਰ ਅਸੀਂ ਉਹਦਾ ਇੱਕ ਅਲਟੀਮੇਟਮ ਇੱਕ ਹੋਰ ਪ੍ਰਪੋਜ਼ਲ ਬਣਾ ਕੇ ਅਸੀਂ ਕਿਹਾ ਵੀ ਜਿਹੜੀ ਸਰਹੰਦ ਚੋ ਆ ਜਿਹੜੀ ਢਿੰਗੀ ਟੱਪ ਕੇ ਆਉਂਦੀ ਹੈ ਜੀ ਉਹ ਇੱਥੋਂ 5.5 ਕਿਲੋਮੀਟਰ ਹੈ ਕਿ ਸਾਨੂੰ ਉੱਥੇ ਪਾਣੀ ਸੱਟਣ ਦੀ ਜਿਹੜੀ ਹੈ ਉਹ ਇੱਕ ਵੱਖਰਾ ਸਾਨੂੰ ਅਤੇ ਜਿਹੜਾ ਇੱਕ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਅਸੀਂ ਉੱਥੇ ਪਾਣੀ ਜਿਹੜਾ ਪ੍ਰੋਪਰ ਤਰੀਕੇ ਨਾਲ ਜਾ ਸਕੇ ਅੱਜ ਸਾਰੀ ਟੀਮ ਹੈ ਜੀ ਐਸ ਟੀ ਪੀ ਜਿੰਨੇ ਸਾਰਾ ਇੱਥੇ ਟੇਕ ਕੇਅਰ ਕਰ ਰਹੇ ਨੇ ਜਿਹੜੇ ਕੰਸਟਰਕਟਰ ਨੇ ਬਣਾ ਰਹੇ ਨੇ ਠੀਕ ਹੈ ਜੀ ਉਹ ਵੀ ਮੇਰੇ ਨਾਲ ਨੇ ਇੱਥੇ ਔਰ ਵਿਜ਼ਿਟ ਕੀਤਾ ਪੂਰਾ ਇਹ ਬਹੁਤ ਵੱਡੀ ਯੋਜਨਾ ਹੈ ਜੀ ਜਿਹੜੀ ਐਸ ਟੀ ਪੀ ਦੀ ਪਰ ਇਹਦੇ ਨਾਲ ਨਾਭੇ ਦਾ ਜਿਹੜਾ ਕਈ ਸਾਲਾਂ ਦਾ ਕੋਡ ਚੱਲਿਆ ਆ ਰਿਹਾ ਜੀ ਉਹਤੋਂ ਮੁਕਤੀ ਮਿਲੇਗੀ ਔਰ ਨਾਭੇ ਦੇ ਜਿਹੜੇ ਨਾਲੇ ਰਹਿ ਜਾਣਗੇ ਜੀ ਨਾਲੇ ਸਿਰਫ ਬਰਸਾਤੀ ਨਾਲੇ ਰਹਿ ਜਾਣੇ ਜਦੋਂ ਬਰਸਾਤ ਆਊਗੀ ਤਾਂ ਉਦੋਂ ਹੀ ਪਾਣੀ ਜਾਊਗਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਨਾਲਿਆਂ ਦੇ ਵਿੱਚ ਨਹੀਂ ਜਾਊਗਾ ਉਹ ਸਾਰਾ ਪਾਣੀ ਜਿਹੜਾ ਇੱਥੇ ਆਜੂਗਾ ਪਰਮਾਤਮਾ ਕਿਰਪਾ ਕਰੇ ਐਂਡ ਆਫ ਦਿਸ ਈਅਰ 2023 ਦੇ ਅਖੀਰ ਤੱਕ ਇਹ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਣਾ ਅਤੇ ਨਾਭੇ ਨੂੰ ਬਹੁਤ ਵੱਡੀ ਰਾਹਤ ਜਿਹੜੀ ਮਿਲਦੀ ਹੈ ਇਹਦਾ ਟੋਟਲ ਬਜਟ ਜਿਹੜਾ ਜੀ ਤਕਰੀਬਨ 16 ਕਰੋੜ ਸਮਥਿੰਗ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਮੇਨਟੇਨੈਂਸ ਦਾ ਵੀ ਕੁਝ ਬਜਟ ਹੈਗਾ ਜਿਹਦਾ 2-2.5 ਕਰੋੜ ਰੁਪਇਆ ਵੱਖਰਾ ਔਰ ਆਲਮੋਸਟ 90% ਕੰਮ ਜਿਹੜਾ ਜੀ ਉਹ ਕੰਪਲੀਟ ਹੋ ਚੁੱਕਿਆ 10% ਕੰਮ ਜਿਹੜਾ ਆਉਣ ਵਾਲੇ 1-1.5 ਮਹੀਨੇ ਦੇ ਵਿੱਚ ਕੰਪਲੀਟ ਹੋ ਕੇ ਇਹ ਸਾਰਾ ਕੰਮ ਜਿਹੜਾ ਕੰਪਲੀਟ ਹੋ ਜਾਣਾ ਕੀ ਲੱਗਦਾ ਜਿਹੜਾ ਪੰਜਾਬ ਦੇ ਚੁਣਿੰਦਾ ਸ਼ਹਿਰਾਂ 'ਚ ਇੱਕ ਨਾਭਾ ਜਿੱਥੇ ਟ੍ਰੀਟਮੈਂਟ ਮੈਂ ਦੇਖੋ ਜੀ ਬਹੁਤ ਸ਼ੁਕਰਗੁਜ਼ਾਰ ਕਰਦਾ ਪੰਜਾਬ ਸਰਕਾਰ ਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਸੈਂਟਰ ਗਵਰਨਮੈਂਟ ਦਾ ਵੀ ਇਹ ਜਿਹੜੇ ਇਹ ਸ਼ਹਿਰ ਚੁਣੇ ਸੀ ਜਿਵੇਂ ਨਾਭਾ ਮੈਂ ਤਾਂ ਪੂਰਾ ਰਿਕਾਰਡ ਕਢਾਇਆ ਇਹ ਰੈਂਡਮਲੀ ਜਿਹੜੇ ਆ ਜੀ ਚੁਣੇ ਸੀਗੇ ਸ਼ਹਿਰ ਰੈਂਡਮਲੀ ਵੀ ਜਿਵੇਂ ਕਿਹੜੇ ਕਿਹੜੇ ਸ਼ਹਿਰਾਂ 'ਚ ਸੀਵਰੇਜ ਦੀ ਪ੍ਰੋਬਲਮ ਬਹੁਤ ਜ਼ਿਆਦਾ ਤਾਂ ਉਹ ਰੈਂਡਮਲੀ ਆਇਆ ਜੀ ਕੋਈ ਐਫਰਟ ਨਹੀਂ ਕੀਤੀ ਕਿਸੇ ਨੇ ਜੇ ਆਪਾਂ ਕਹੀਏ ਵੀ ਪਿਛਲੀ ਸਰਕਾਰ ਨੇ ਕੋਈ ਐਫਰਟ ਕੀਤੀ ਹੈ ਆਟੋਮੈਟਿਕ ਹੀ ਆਇਆ ਜੀ ਆਟੋਮੈਟਿਕ ਆ ਕੇ ਹੁਣ ਇਹਦੀ ਟੇਕ ਕੇਅਰ ਕਰਨੀ ਜਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਅੱਗੇ ਚਲਾਉਣਾ ਵਧੀਆ ਤਰੀਕੇ ਨਾਲ ਮੇਨਟੇਨ ਕਰਨਾ ਠੀਕ ਹੈ ਨਾ ਉਹ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਅਸੀਂ ਬਿਲਕੁਲ ਮੈਂ ਪਹਿਲਾਂ ਵੀ ਆਇਆ ਸੀ ਸਾਡੇ ਨਿੱਜਰ ਸਾਹਿਬ ਜਦੋਂ ਸਥਾਨਕ ਸਰਕਾਰਾਂ ਦੇ ਮੰਤਰੀ ਸੀਗੇ ਉਦੋਂ ਉਹ ਵੀ ਵਿਜ਼ਿਟ ਕਰਕੇ ਗਏ ਨੇ ਅਤੇ ਹੁਣ ਮੈਂ ਬੇਨਤੀ ਕਰਕੇ ਆਇਆ ਜੀ ਬਲਕਾਰ ਸਿੰਘ ਜੀ ਜਿਹੜੇ ਸਾਡੇ ਮੰਤਰੀ ਨੇ ਸਥਾਨਕ ਸਰਕਾਰਾਂ ਦੇ ਕਿ ਉਹ ਵੀ ਵਿਜ਼ਿਟ ਕਰਨ ਔਰ ਅਸੀਂ ਜਲਦੀ ਇਹਦਾ ਉਦਘਾਟਨ ਕਰਕੇ ਇਹ ਨਾਭੇ ਨੂੰ ਇੱਕ ਵੱਡੀ ਸੁਗਾਤ ਦਈਏ ਨਗਰ ਕੌਂਸਲ ਦਾ ਜੇਈ 50,000 ਰੁਪਏ ਦੀ ਰਿਸ਼ਵਤ ਲੈਂਦਾ ਪੜੇਗਾ ਕਿਸ ਤਰ੍ਹਾਂ ਦੇਖੋ ਦੇਖੋ ਸਾਡੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡਾ ਸਭ ਦਾ ਇੱਕੋ ਵਿਜ਼ਨ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਔਰ ਅਗਰ ਇਸ ਕਿਸਮ ਦਾ ਕੋਈ ਵੀ ਅਧਿਕਾਰੀ ਚਾਹੇ ਉਹ ਨਗਰ ਕੌਂਸਲ ਹੈ ਚਾਹੇ ਉਹ ਕੋਈ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ ਹੈ ਚਾਹੇ ਉਹ ਵੀਡੀਓ ਆਫਿਸ ਦੇ ਵਿੱਚ ਹੈ ਚਾਹੇ ਕੋਈ ਐਸਡੀਐਮ ਆਫਿਸ ਦੇ ਵਿੱਚ ਹੈ ਅਗਰ ਕੋਈ ਵੀ ਇਸ ਤਰ੍ਹਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਤੋਂ ਨਜਾਇਜ਼ ਪੈਸੇ ਲਊਗਾ ਨਜਾਇਜ਼ ਕੰਮ ਕਰਨ ਦੇ ਤਾਂ ਸਖਤ ਤੋਂ ਸਖਤ ਕਾਰਵਾਈ ਹੋਏਗੀ ਕੱਲ੍ਹ ਜਿਹੜਾ ਜੇਈ ਫੜਿਆ ਜੀ ਬਹੁਤ ਇਹ ਮੰਦਭਾਗੀ ਗੱਲ ਹੈ ਕਿ ਆਮ ਲੋਕਾਂ ਤੋਂ ਕੋਈ ਬੰਦਾ ਪੈਸੇ ਇਕੱਠੇ ਕਰ ਰਿਹਾ ਜੀ ਠੀਕ ਹੈ ਜੀ ਪਰ ਮੈਂ
हाथ जोड़ के बेनती करनी चाहना नाभा विधानसभा के सारे लोगों को कि तुम इतना पैसे ना दो सानू दसो असी दो तीन होर भी लाइनअप किए पे है जी जिहड़े हथ चक्की पई है जी प्रॉब्लम की है जी कि लोग दसते नहीं पैसे देने तो बाद ही पता लगता जी कि सानू तुम पहला दसो अगर कोई ऑफिसर इदा का करता तो साढ़े मुख्यमंत्री भगवंत मान साहब वालों भी सख्त हदायतों ने कि जिहड़ा भी कोई भ्रिष्टाचार करता जी उसके खिलाफ सख्त कार्रवाई होगी और जिहड़ा जेई इन्हां दे खिलाफ जिहड़ा यह 50,000 का जिहड़ा लग्या दोष के उन्होंने पैसे पाई भी गए है बहुत गंभीर मसला है जी आम लोग क्यों तंग हो जिदा कोई जेन्युइन काम है वो बिल्कुल जेन्युइन तरीके होना चाहिए अगर कोई बंदा गलत काम कराने की कोशिश कर रहा तो फिर यह भी हो सकता कि जिहड़ा बंदा पैसे दे रहा उत्ते भी कार्रवाई होनी चाहिए देखो ये टैक्निकली डिपार्टमेंट है जी टैक्निकली डिपार्टमेंट के कई चीज़ें ऐसा ने जिड़ियाँ आपको नहीं पता ठीक है जी जो कोई बंदा विचरता तो फिर उन्होंने पता लगता असी हुण नाभा नगर कौंसल की भी असी एक टीम बना रहे जिहड़ी कि प्रॉपर इस तरीके इस चीज़ का ध्यान रखेगी और मैं नाभा के लोगों को बेनती करना कि थोड़े कोई भी चाहे वह 100 रुपये क्यों ना हो जी अगर कोई भी अफसर थोड़े तो कोई पैसा मंगता NOC नूं लैके मंगता थाने च मंगता तो तुसीं साढ़े नाल संपर्क करो सख्त तो सख्त कार्रवाई जी होगी जी। ये अमृत 2 स्कीम है भारत सरकार की जिससे 50% शेयर भारत सरकार का है 50% शेयर अपनी स्टेट सरकार का है ये स्कीम के तहत सरकार ने जैसे जिहड़े शहरां दे विच ट्यूबवैल बेस्ड स्कीम आ रही ट्यूबवैल बेस्ड पानी आ रहा उन्होंने कन्वर्ट करके आपां कैनाल बेस्ड करना है नाभा शहर विखे WTP दे लई हुण अपने MLA साहब के यतन सदका ते इत्थे दे लोकल EO साहब के यतन सदका लैंड एक्वायर करने लई आपां केस भेजता हैगा लैंड जो एक्वायर हो जाती है उस तो बाद इत्थे WTP लई एक स्टेट लैवल ते एक नोडल एजेंसी लगाई गई है शाह कंसल्टेंट उन्होंने वालों फिर इत्थे DPR बनाई जाएगी ये DPR बनने तो बाद कम तकरीबन 1-1.5 साल के पूरा हो जाएगा WTP का यदा पार्ट 2 है पानी की लाइनों का वो पानी की लाइनों का अभी टेंडर ला चुके हैं वो तकरीबन हूँ अक्टूबर के महीने स्टार्ट हो गए उन्होंने 6 महीने का काम मिथ्या हुआ भी 6 महीने काम पूरा करना है वो काम फिर पूरा कर लेंगे पंजाब किन्ने किन्ने इस तरह के जो तैयार हो ट्रीटमेंट प्लांट देखो पंजाब तकरीबन 70% अपना हूँ पानी ट्रीट होने लग गया थ्रू STP पर जिहड़ा ये ट्रीटमेंट प्लांट है ये SBR टेक्नोलॉजी का ट्रीटमेंट प्लांट है एक एडवांस टेक्नोलॉजी है सीवेज ट्रीट करने की सिक्वेंशियल बैच रिएक्टर इन्हों कहा जाता है पंजाब के जिहड़े टोटल 75% है 75% चो हार्डली 30-40% के विचकार इहो जी टेक्नोलॉजी आ रही है बाकी पुरानी टेक्नोलॉजी लगी हुई है तो नवी टेक्नोलॉजी वाला प्लांट यह जो लग रहा है ये 40% के आता है यदि सर देखो 5 साल तो अभी जी मेनटेनेंस है वह कंपनी ही लेंदी है तो टोटल यदा डिजाइन लिया हुआ 15 साल का तो 15 साल के पीरियड वास्ते डिजाइन किया गया यदि जी कपैसिटी हैगी है देखो क्लीन होने तो बाद पानी का 2 पासे यूज होंगे जो ये एक सोयल कंजरवेशन डिपार्टमेंट है पंजाब का ही एक अदारा है जिहड़ा कि खेतों के पाइपलाइन पा के खेतों को पानी देंगे अपने ट्रीट होया जी पहली अपनी प्रायोरिटी हैगी कि पानी खेतों लग जाए खेतों पानी लगन तो बाद होंगे कि जो बरसात का टाइम होंगे जब फसल पक जाती है उस टाइम पानी की रिक्वायरमेंट नहीं होंगी तो उस टाइम यह पानी थ्रू राइजी मेन अपने इतने दुलद्दी पिंड के नेड़े चो जा रही है अपना उस पानी जिहड़ा सुटन की प्रोविजन की गई है परंतु उत्थे पंचायत वालों थोड़ा जिहा ऑब्सट्रक्शन आ रही है कि इतने पाइपलाइन ना पाई जाए उन्होंने यह लग रहा है कि गंदा पानी इतने होर आऊगा परंतु उन्होंने विश्वास दवाया गया हूँ SDM साहब वालों कि यह पानी ट्रीट होकर जाऊगा ट्रीट हो पानी की जी तुम मैं तो उन्होंने बिसलेरी 2 बोतल रख के दे देना उन्होंने कंपेरिजन कर देना भी कि पानी बिसलेरी का कि पानी इतने ट्रीट होया तो पहचान नहीं होगी तो इस लैवल का उन्होंने अभी विश्वास दवाया पहला आप दुलद्दी पिंड से उत्थे ही गिरेंगे उस तो बाद अभी अगे 5.5 किलोमीटर जिम्मे हूँ MLA साहब ने कहा कि 5.5 किलोमीटर की पाइपलाइन का आप प्रोजेक्ट बना लिया जो वो पैसे आएंगे तो आप प्रोजेक्ट शुरू कर भी काफ़ी लाभ मिलेगा इस बिल्कुल जी ये पानी एक्चुअली जो साफ पानी आप नीचे जमीनी पद्धर तो नीचे पहला पानी थले जा रहा है उत्तों कर रहे हैं तो वह एक बचाव होगा पानी प्रजर्व होगा दूजे पास इस पानी का रीयूज हो जूगा तीजे पास जो पानी अपना जा रहा है ड्रेन च बिना वह कोई यूज सगा यूज होने लग जूगा बहुत वधिया उपराला जी पंजाब सरकार का मेरे ख्याल का भी शायद यह पंजाब के 117 विधानसभा नाभे को 5वां मिलेगा भी जिते प्लान लाया गया नाभे तो एडा वधिया नाभे शहर तोहफा दिता गया और बहुत वधिया लगता मेरे ख्याल भी आने वाले टाइम नाभे च कोई भी सीवरेज के पानी की या बारिश के पानी की भी कोई समस्या नहीं आ दी जाऊगी और ना आएगी और मेरे ख्याल भी मिनीम फिर शायद 17-18 करोड़ का प्रोजेक्ट है असं तो भागा ही कहते हैं नाभे वालों असं भी खुशहाली कहते हैं भी नाभे के पिछे प्रोजेक्ट लग्या और बहुत वधिया असी पंजाब सरकार का साढ़े भगवंत मान जी का धन्यवाद करते हैं जिन्होंने यह नाभा शहर चुनिया और बहुत वधिया लगा।